ਤੇ ਬੀਤੇ ਦਿਨੀ ਬਟਾਲਾ ਸਥਿਤ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 4 ਦਰਜ਼ਨ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਾਲ ਜਾਣਨ ਲਈ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਪਹੁੰਚੇ। ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸਭ ਤੋਂ ਪਹਿਲਾਂ ਮੁੱਖ ਮੰਤਰੀ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਜਾਣਿਆ, ਜਿਸ ਤੋਂ ਬਾਅਦ ਪੱਤਰਕਾਰਾਂ ਦੇ ਮੁਖਾਤਿਬ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ, ਜਿਹੜੀ ਇਸ ਮਾਮਲੇ ਦੀ ਤਹਿ ਤੱਕ ਪਹੁੰਚੇਗੀ। ਕੈਪਟਨ ਨੇ ਕਿਹਾ ਕਿ ਜਾਂਚ ਕਮੇਟੀ ਜਾਂਚ ਕਰੇਗੀ ਕਿ ਇਹ ਫੈਕਟਰੀ ਕਿਵੇਂ ਅਤੇ ਕਦੋਂ ਅਤੇ ਕਿਸ ਦੇ ਹੁਕਮਾਂ ਤੇ ਚੱਲ ਰਹੀ ਸੀ। ਜਿਹੜਾ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸਾਰੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਦੇਖੋ, ਜਿਹੜਾ ਕੁਝ ਉਰੇ ਹੋਇਆ ਬਹੁਤ ਹੀ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਜਿਸ ਤਰੀਕੇ ਨਾਲ ਹੋਇਆ। ਕੀ ਕਾਰਨ ਕਿ ਸਭ ਕੁਝ ਹੁਣ ਅਸੀਂ ਮੈਜਿਸਟੇਰੀਅਲ ਇੱਕ ਇਨਕੁਆਇਰੀ ਬਿਠਾ ਦਿੱਤੀ ਹੈ, ਉਹ ਜਲਦੀ ਰਿਪੋਰਟ ਆਏਗੀ। ਇਨ ਦਾ ਮੀਨ ਟਾਈਮ ਸਾਡੀ ਡਿਊਟੀ ਸੀ ਕਿ ਜਿਹੜੇ ਸਾਡੇ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਮਲਮ ਪੱਟੀ ਠੀਕ ਹੋਵੇ। ਕੁਛ ਜਿਹੜੇ ਜ਼ਿਆਦਾ ਸੀ ਉਹ ਅੰਮ੍ਰਿਤਸਰ, ਤੁਹਾਨੂੰ ਪਤਾ ਹੈ, ਪਹੁੰਚ ਗਏ ਨੇ, ਕੁਛ ਉਰੇ, ਔਰ ਜਿਹੜਾ ਇੱਥੇ ਵਾਕਿਆਤ ਹੋਇਆ ਉੱਥੇ ਵੀ ਅਸੀਂ ਦੇਖ ਕੇ ਆਏ ਹਾਂ। ਅਸੀਂ ਕੰਪਨਸੇਸ਼ਨ ਪੂਰੀ ਕਰਾਂਗੇ। ਇਟ ਇਜ਼ ਅਨਫੋਰਚੁਨੇਟ, ਲੇਕਿਨ ਇਨਕੁਆਇਰੀ ਤੋਂ ਮੈਂ ਜਾਣਨਾ ਚਾਹੁੰਦਾ ਕਿ ਹੋਇਆ ਕੈਸੇ। ਮੈਂ ਸੁਣਿਆ ਇੱਥੇ ਸਾਡੇ ਤੋਂ ਪਹਿਲਾਂ ਜਨਵਰੀ 1917 'ਚ ਇੱਕ ਵਾਕਿਆ ਤਾਂ ਇੱਥੇ ਹੀ ਹੋਇਆ ਸੀ। ਇਨਕੁਆਇਰੀ ਬੈਠੀ ਸੀ, ਉਹ ਕਿੱਥੇ ਗਈ ਇਨਕੁਆਇਰੀ? ਕਿਉਂ ਨਹੀਂ ਪਤਾ ਲੱਗਿਆ ਕੈਸੇ ਇਹਨਾਂ ਨੂੰ? ਇਹ ਚਾਹੇ ਹੋਏ ਇੱਕ ਬੜੀ ਪੁਰਾਣੀ ਇੱਕ ਸੰਸਥਾ ਜੇ ਬਣਾ ਰਹੇ ਸੀ ਇਹ ਪਟਾਕੇ, ਲੇਕਿਨ ਹੁਣ 45 ਸਾਲ ਦੀ ਚੱਲ ਰਹੀ ਹੈ। ਲੇਕਿਨ ਹੁਣ ਜਦ ਸ਼ਹਿਰ ਆਲੇ ਦੁਆਲੇ ਹੋ ਗਿਆ, ਦੇਰ ਹੈਜ਼ ਟੂ ਬੀ ਸਮ ਸਿਸਟਮ, ਕੁਛ ਸਟੈਚੂਟਰੀ ਕੰਪਲਾਇੰਸ ਹੋਣੀ ਚਾਹੀਦੀ ਹੈ ਕਿ ਐਕਸਪਲੋਸਿਵਸ ਕਰਾਊਡਿਡ ਏਰੀਆ ਦੇ ਵਿੱਚ ਨਹੀਂ ਬਣਨੇ ਚਾਹੀਦੇ। ਇਹ ਸਾਰੀਆਂ ਗੱਲਾਂ ਅਸੀਂ ਚੈੱਕ ਕਰਾਂਗੇ ਵਾਈ ਇਟ ਇਜ਼ ਅਲਾਊਡ, ਔਰ ਹੋਰ ਕਿਤੇ ਪੰਜਾਬ ਦੇ ਵਿੱਚ? ਐਂਡ ਆਈ ਕੈਨ ਅਸ਼ੋਰ ਯੂ ਕਿ ਆਈ ਵਿਲ ਪੁੱਟ ਅ ਕਮੇਟੀ ਹੈਡਿਡ ਬਾਈ ਚੀਫ ਸੈਕਟਰੀ ਐਂਡ ਦ DGP ਕਿ ਪੂਰੇ ਪੰਜਾਬ ਦਾ ਮਿਆਨਾ ਕਰਨ ਔਰ ਦੱਸਣ ਸਾਨੂੰ ਕਿੱਥੇ ਗਲਤ ਹੋ ਰਹੀਆਂ ਨੇ, ਐਂਡ ਵੀ ਵਿਲ ਸ਼ਟ ਦਮ ਡਾਊਨ, ਵੀ ਵਿਲ ਨੋਟ ਅਲਾਊ ਦੀਸ ਥਿੰਗਸ ਟੂ ਕੈਰੀ ਔਨ। ਡਿਪਟੀ ਕਮਿਸ਼ਨਰ ਸਾਹਿਬ ਹੁਣੀ ਲੱਗੇ ਨੇ ਸਾਡੇ। ਦਿਸ ਇਸ਼ੂ ਹੈਜ਼ ਬੀਨ ਇਹ ਜਨਵਰੀ 2017 ਦੀ ਗੱਲ ਹੈ, ਸਾਡੀ ਇਲੈਕਸ਼ਨ ਹੋਈ ਹੈ ਮਾਰਚ ਵਿੱਚ, ਸਾਡੇ ਤੋਂ ਪਹਿਲਾਂ ਦੀ ਗੱਲ ਹੈ। ਵੀ ਵਿਲ ਇਨਕੁਆਇਰ ਉਦੋਂ ਦਾ ਕਿਉਂ ਨਹੀਂ ਇੱਥੇ ਇਨਵੈਸਟੀਗੇਸ਼ਨ ਹੋਈ? ਐਗਜੈਕਟਲੀ, ਇਨਕੁਆਇਰੀ ਵਿਲ ਟੈਲ ਅਸ, ਇਨਕੁਆਇਰੀ ਸਾਨੂੰ ਦੱਸੇਗੀ। ਉਹ ਇਨਕੁਆਇਰੀ ਜਿਹੜੀ 1917 ਵਾਲੀ ਉਹ ਚੱਲ ਰਹੀ ਹੈ, ਅੱਜ ਤਾਂ ਇਹ ਕੰਕਲੂਡ ਕਿਉਂ ਨਹੀਂ ਹੋਈ ਇਹ ਵੀ ਪਤਾ ਕਰਾਂਗੇ। ਇੰਨੀ ਡਿਲੇ ਕਿਸ ਗੱਲ ਦੀ? ਦੇਖੋ, ਯੂ ਲੈਟਸ ਟਾਕ ਅਬਾਊਟ ਦਿਸ ਨਾਉ। ਪਹਿਲੀ ਗੱਲ ਤਾਂ ਇਹ ਹੈ ਕਿ ਇਨਕੁਆਇਰੀ ਹੈਜ਼ ਜਸਟ ਸਟਾਰਟਡ। ਹੁਣ ਤੁਸੀਂ ਪਹਿਲਾਂ ਹੀ ਇਹਨੂੰ ਅਗਰ ਕੰਡੈਮ ਕਰ ਦੋਗੇ ਇਨਕੁਆਇਰੀ ਨੂੰ, ਦੈਨ ਹਾਊ ਵਿਲ ਵੀ ਰੀਚ ਅ ਕੰਕਲੂਜਨ? ਕੈਸੇ ਮੈਂ ਤੁਹਾਨੂੰ ਹੁਣ ਗੱਲਾਂ ਤਾਂ ਦੱਸੀਆਂ ਨੇ ਕਿ ਕਿਹੜੀਆਂ ਗੱਲਾਂ ਇਨਕੁਆਇਰ ਹੋਣਗੀਆਂ। ਵੀ ਵਿਲ ਆਲਸੋ ਇਨਕੁਆਇਰ ਇਨ ਟੂ ਹਾਊ ਦੇ ਹੈਵ ਬੀਨ ਅਲਾਊਡ ਟੂ ਕੈਰੀ ਔਨ ਇਨ ਅ ਕੰਜੈਸਟਡ ਏਰੀਆ। ਸਾਰੀਆਂ ਗੱਲਾਂ, ਦੇਰ ਇਜ਼ ਅ ਲਾਅ ਇਨ ਦਿਸ ਸਟੇਟ, ਜੇ ਕੰਪਲਾਇੰਸ ਨਹੀਂ ਹੁੰਦੀ ਉਸ ਲਾਅ ਦੀ, ਦੈਨ ਇਟ ਇਜ਼ ਆਰ ਡਿਊਟੀ ਟੂ ਫਾਇੰਡ ਆਊਟ ਕਿ ਕਿਉਂ ਨਹੀਂ ਹੋ ਰਹੀ।